ਕੈਨੇਡਾ ਸਰਕਾਰ ਦੇ ਵੱਲੋਂ ਇੱਕ ਵਾਰ ਫਿਰ ਵੀਜ਼ਾ ਨਿਯਮਾਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਵਾਰ ਬਹੁਤ ਵੱਡੀ ਤਬਦੀਲੀ ਹੈ ਜਿਹੜੀ ਪੰਜਾਬ ਦੇ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਹੈ, ਪੰਜਾਬੀਆਂ ਦੇ ਨਾਲ ਜੁੜੀ ਹੋਈ ਹੈ, ਕਿਉਂਕਿ ਕੈਨੇਡਾ ਸਰਕਾਰ ਦੇ ਵੱਲੋਂ ਵੀਜ਼ਿਆਂ ਦੇ ਵਿੱਚ ਕਟੌਤੀ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ। 35% ਕਟੌਤੀ ਅਗਲੇ ਸਾਲਾਂ ਦੇ ਵਿੱਚ ਕੀਤੀ ਜਾਵੇਗੀ ਅਤੇ ਨਾਲ ਹੀ ਵਰਕ ਪਰਮਿਟ ਨੂੰ ਲੈ ਕੇ ਵੀ ਵੱਡਾ ਫੈਸਲਾ ਲਿਆ ਗਿਆ ਹੈ। ਸਪਾਊਸ ਨੂੰ ਵਰਕ ਪਰਮਿਟ ਦੇਣਾ ਹੈ ਜਾਂ ਨਹੀਂ, ਇਸ ਨੂੰ ਵੀ ਲੈ ਕੇ ਫੈਸਲਾ ਲੈ ਲਿਆ ਗਿਆ ਹੈ। ਜਿਹੜੇ ਨਿੱਜੀ ਕਾਲਜਿਸ ਦੇ ਵਿੱਚ ਵਿਦਿਆਰਥੀ ਪੜ੍ਹਦੇ ਨੇ ਉਹਨਾਂ ਨੂੰ ਵੀ ਵਰਕ ਪਰਮਿਟ ਨਹੀਂ ਮਿਲੇਗਾ। ਤਾਂ 2024-25 ਲਈ ਇਹ ਫੈਸਲਾ ਲਿਆ ਗਿਆ ਹੈ। ਜੇਕਰ ਪਿਛਲੇ ਸਾਲ 360,000 ਵਿਦਿਆਰਥੀ ਕੈਨੇਡਾ ਗਏ ਨੇ ਤਾਂ ਇਸ ਵਾਰ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ 35% ਘੱਟ ਜਾਣਗੇ, ਭਾਵ ਕਿ 260,000 ਹੀ ਜਾ ਸਕਣਗੇ। 1,26,000 ਸਟੂਡੈਂਟਸ ਨੂੰ ਵੀਜ਼ਾ ਨਹੀਂ ਮਿਲੇਗਾ। ਇਹ ਪੰਜਾਬ ਦੇ ਨਾਲ ਜੁੜੀ ਹੋਈ ਖਬਰ ਹੈ ਕਿਉਂਕਿ ਵੱਡੇ ਪੱਧਰ 'ਤੇ ਪੰਜਾਬੀ ਵਿਦਿਆਰਥੀ ਕੈਨੇਡਾ ਜਾਂਦੇ ਨੇ ਅਤੇ ਜਿਹੜੀ ਫਿਗਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਓਵਰਆਲ ਹੈ। ਇਹਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੇ ਪੰਜਾਬ ਦੇ ਵਿਦਿਆਰਥੀ ਵੀ ਆਉਂਦੇ ਨੇ, ਗੁਜਰਾਤ ਤੋਂ ਵੀ ਆਉਂਦੇ ਨੇ, ਹੋਰਨਾਂ ਸਟੇਟਸ ਤੋਂ ਵੀ ਆਉਂਦੇ ਨੇ, ਹੋਰਨਾਂ ਦੇਸ਼ਾਂ ਤੋਂ ਵੀ ਆਉਂਦੇ ਨੇ। ਤਾਂ ਪੂਰੀ ਖਬਰ ਸਮਝਣ ਦੀ ਜ਼ਰੂਰਤ ਹੈ ਕਿ ਹੁਣ ਕਿਹਨਾਂ ਵਿਦਿਆਰਥੀਆਂ ਨੂੰ ਕੈਨੇਡਾ ਵੀਜ਼ਾ ਦੇਵੇਗੀ, ਕਿਹਨਾਂ ਵਿਦਿਆਰਥੀਆਂ ਨੂੰ ਵੀਜ਼ਾ ਦੇ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਅਤੇ ਕਿਹੜੇ ਵਿਦਿਆਰਥੀਆਂ ਨੂੰ ਵਰਕ ਪਰਮਿਟ ਮਿਲੇਗਾ, ਕਿਹੜੇ ਵਿਦਿਆਰਥੀ ਜਿਹੜੇ ਜਾਣਗੇ ਉਹਨਾਂ ਦੀ ਸਪਾਊਸ ਨੂੰ ਭਾਵ ਪਤੀ ਪਤਨੀ ਨੂੰ ਵਰਕ ਪਰਮਿਟ ਮਿਲੇਗਾ ਜਾਂ ਨਹੀਂ, ਇਸ ਦੇ ਲਈ ਤੁਹਾਨੂੰ ਇਸ ਖਬਰ ਨੂੰ ਪੂਰਾ ਵਿਸਥਾਰ ਨਾਲ ਸਮਝਣਾ ਹੋਵੇਗਾ, ਸੁਣਨਾ ਹੋਵੇਗਾ। ਤਾਂ ਕੈਨੇਡਾ ਸਰਕਾਰ ਦੇ ਵੱਲੋਂ ਵੀਜ਼ਾ ਨਿਯਮਾਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਜਿਸ ਦੇ ਨਾਲ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਿਆ। ਦਰਅਸਲ ਵੱਡੇ ਪੱਧਰ 'ਤੇ ਇੰਟਰਨੈਸ਼ਨਲ ਵਿਦਿਆਰਥੀ ਕੈਨੇਡਾ ਜਾਂਦੇ ਨੇ ਅਤੇ ਹੁਣ ਕੈਨੇਡਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਵੀਜ਼ਿਆਂ ਦੇ ਵਿੱਚ 35% ਤੱਕ ਦੀ ਕਟੌਤੀ ਕੈਨੇਡਾ ਸਰਕਾਰ ਕਰੇਗੀ ਅਤੇ ਜਿਹੜੇ ਵਿਦਿਆਰਥੀ ਨਿੱਜੀ ਕਾਲਜਾਂ ਦੇ ਵਿੱਚ ਗ੍ਰੈਜੂਏਸ਼ਨ ਕਰਨਗੇ ਉਹਨਾਂ ਨੂੰ ਵੀ ਵਰਕ ਪਰਮਿਟ ਨਹੀਂ ਮਿਲੇਗਾ। ਇਹ ਬਹੁਤ ਵੱਡਾ ਫੈਸਲਾ ਹੈ ਕਿ ਜਿਹੜੇ ਨਿੱਜੀ ਕਾਲਜਿਸ ਦੇ ਵਿੱਚ ਐਡਮਿਸ਼ਨ ਲੈ ਲੈਂਦੇ ਨੇ ਵਿਦਿਆਰਥੀ, ਗ੍ਰੈਜੂਏਸ਼ਨ ਕਰਦੇ ਨੇ, ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੇਗਾ। ਅਗਲੇ 2 ਸਾਲਾਂ ਲਈ ਵੀਜ਼ਿਆਂ ਦੇ ਵਿੱਚ ਕਟੌਤੀ ਕੈਨੇਡਾ ਸਰਕਾਰ ਕਰੇਗੀ ਅਤੇ ਪੰਜਾਬੀ ਵਿਦਿਆਰਥੀਆਂ 'ਤੇ ਇਸ ਦਾ ਵੱਡਾ ਅਸਰ ਹੋਵੇਗਾ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਦੱਸ ਦਈਏ ਕਿ 2024 ਦੇ ਵਿੱਚ 360,000 ਵਿਦਿਆਰਥੀਆਂ ਨੂੰ ਵੀਜ਼ਾ ਮਿਲਿਆ ਸੀ ਅਤੇ 2023 ਦੇ ਮੁਕਾਬਲੇ ਅਗਲੇ ਸਾਲ 2024 ਦੇ ਵਿੱਚ ਜਿਹੜਾ ਚੱਲ ਰਿਹਾ ਹੈ 35% ਕਟੌਤੀ ਕੀਤੀ ਜਾਣੀ ਹੈ, ਭਾਵ ਕਿ ਸਿਰਫ 2,34,000 ਵਿਦਿਆਰਥੀਆਂ ਨੂੰ ਹੀ ਵੀਜ਼ੇ ਮਿਲਣਗੇ, 1,26,000 ਵਿਦਿਆਰਥੀਆਂ ਨੂੰ ਵੀਜ਼ਾ ਨਹੀਂ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਇਹ ਵੀ ਗੱਲ ਸਮਝਣ ਵਾਲੀ ਹੈ ਕਿ ਜਿਨ੍ਹਾਂ ਨੂੰ ਪਹਿਲਾਂ ਵੀਜ਼ਾ ਮਿਲਿਆ ਹੋਇਆ ਹੈ ਆਲਰੇਡੀ ਜਿਹੜੇ ਕੈਨੇਡਾ ਦੇ ਵਿੱਚ ਨੇ ਇਸ ਵੇਲੇ ਵਿਦਿਆਰਥੀ, ਉਹਨਾਂ 'ਤੇ ਇਸ ਫੈਸਲੇ ਦਾ ਕੋਈ ਅਸਰ ਨਹੀਂ ਪਵੇਗਾ ਅਤੇ ਕੈਨੇਡਾ ਸਰਕਾਰ ਦੇ ਵੱਲੋਂ ਇਹ ਫੈਸਲਾ ਸਾਲ 2024 ਅਤੇ 2025 ਲਈ ਲਿਆ ਗਿਆ ਹੈ। ਤਾਂ ਓਪਨ ਵਰਕ ਪਰਮਿਟ ਕੇਵਲ ਮਾਸਟਰਸ ਅਤੇ ਡਾਕਟਰੇਟ ਪ੍ਰੋਗਰਾਮ ਤਹਿਤ ਹੀ ਸਪਾਊਸ ਨੂੰ ਮਿਲੇਗਾ, ਭਾਵ ਕਿ ਜਿਹੜੇ ਬਹੁਤ ਸਾਰੇ ਸਟੂਡੈਂਟਸ ਕੈਨੇਡਾ ਜਾਂਦੇ ਨੇ ਕਿ ਪਤੀ ਨੇ ਆਈਲਸ ਕਰ ਲਿਆ ਪਤਨੀ ਚਲੇ ਗਈ ਜਾਂ ਪਤਨੀ ਨੇ ਆਈਲਸ ਕਰ ਲਿਆ ਪਤੀ ਚਲੇ ਗਿਆ, ਸਪਾਊਸ ਵੀਜ਼ਾ ਉਸ ਨੂੰ ਕਿਹਾ ਜਾਂਦਾ ਹੈ, ਉਸ ਦੇ ਵਿੱਚ ਕਟੌਤੀ ਕੀਤੀ ਗਈ ਹੈ ਕਿ ਜਿਹੜਾ ਮਾਸਟਰਸ ਅਤੇ ਡਾਕਟਰੇਟ ਪ੍ਰੋਗਰਾਮ ਹੈ ਉਸ ਦੇ ਤਹਿਤ ਹੀ ਸਪਾਊਸ ਨੂੰ ਵਰਕ ਪਰਮਿਟ ਮਿਲੇਗਾ। ਗ੍ਰੈਜੂਏਟ ਅਤੇ ਕਾਲਜ ਪ੍ਰੋਗਰਾਮ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੇ ਪਤੀ ਜਾਂ ਪਤਨੀ ਨੂੰ ਵਰਕ ਪਰਮਿਟ ਨਹੀਂ ਮਿਲੇਗਾ। ਇਹ ਬਹੁਤ ਵੱਡਾ ਝਟਕਾ ਹੈ ਕਿਉਂਕਿ ਹੁੰਦਾ ਕੀ ਹੈ ਕਿ ਪਲੱਸ ਟੂ ਕੀਤੀ ਜਾਂਦੀ ਹੈ ਅਤੇ ਸਪਾਊਸ ਵੀਜ਼ਾ 'ਤੇ ਪਤੀ ਜਾਂ ਪਤਨੀ ਨਾਲ ਚਲੇ ਜਾਂਦੇ ਨੇ, ਉੱਥੇ ਵਰਕ ਵੀਜ਼ਾ ਮਿਲ ਜਾਂਦਾ ਓਪਨ ਵਰਕ ਪਰਮਿਟ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਸਿਰਫ ਮਾਸਟਰਸ ਅਤੇ ਡਾਕਟਰੇਟ ਦੀ ਡਿਗਰੀ ਜਿਹੜਾ ਕਰੇਗਾ ਉਸ ਦੇ ਸਪਾਊਸ ਨੂੰ ਹੀ ਵਰਕ ਪਰਮਿਟ ਮਿਲੇਗਾ। ਗ੍ਰੈਜੂਏਟ ਜਾਂ ਕਾਲਜ ਪ੍ਰੋਗਰਾਮ ਤਹਿਤ ਜਿਹੜੇ ਸਟੱਡੀ ਕਰਨਗੇ ਇੰਟਰਨੈਸ਼ਨਲ ਸਟੂਡੈਂਟਸ ਉਹਨਾਂ ਦੇ ਪਤੀ ਜਾਂ ਪਤਨੀ ਨੂੰ ਵਰਕ ਪਰਮਿਟ ਨਹੀਂ ਮਿਲੇਗਾ।
ਇਸ ਦੇ ਨਾਲ ਹੀ 1 ਸਤੰਬਰ 2024 ਤੋਂ ਬਾਅਦ ਜਿਹੜੇ ਪਬਲਿਕ ਪ੍ਰਾਈਵੇਟ ਕਾਲਜ ਨੇ ਉਹਨਾਂ ਦੇ ਵਿੱਚ ਪੋਸਟ ਗ੍ਰੈਜੂਏਟ ਜੇ ਕੋਈ ਕਰੇਗਾ ਉਹਨਾਂ ਨੂੰ ਵੀ ਵਰਕ ਪਰਮਿਟ ਨਹੀਂ ਮਿਲੇਗਾ। ਇਹ ਵੀ ਬਹੁਤ ਵੱਡਾ ਝਟਕਾ ਹੈ ਕਿਉਂਕਿ ਬਹੁਤ ਸਾਰੇ ਸਟੂਡੈਂਟ ਜਿਹੜੇ ਨੇ ਉਹ ਪੋਸਟ ਗ੍ਰੈਜੂਏਟ ਕਰ ਲੈਂਦੇ ਸੀਗੇ ਜਿਹੜੇ ਪ੍ਰਾਈਵੇਟ ਪਬਲਿਕ ਕਾਲਜਿਸ ਨੇ, ਜੇ ਉਹਨਾਂ ਦੇ ਵਿੱਚ ਤੁਸੀਂ ਐਡਮਿਸ਼ਨ ਲੈਂਦੇ ਹੋ ਤਾਂ ਤੁਹਾਨੂੰ ਹੁਣ ਵਰਕ ਪਰਮਿਟ ਨਹੀਂ ਮਿਲੇਗਾ। ਪਰ ਇਹ ਫੈਸਲਾ 1 ਸਤੰਬਰ 2024 ਤੋਂ ਬਾਅਦ ਲਾਗੂ ਹੋਵੇਗਾ। ਜਿੰਨੇ ਵੀ ਅੰਡਰ ਗ੍ਰੈਜੂਏਟ ਕੋਰਸਿਸ ਨੇ ਜਾਂ ਕਾਲਜ ਪ੍ਰੋਗਰਾਮਸ ਨੇ ਉਹਨਾਂ ਦੇ ਵਿੱਚ ਸਟੂਡੈਂਟ ਦੇ ਪਤੀ ਜਾਂ ਪਤਨੀ ਨੂੰ ਵਰਕ ਪਰਮਿਟ ਨਹੀਂ ਮਿਲੇਗਾ। ਇਹ ਵੱਡੀ ਸਮਝਣ ਵਾਲੀ ਗੱਲ ਹੈ। ਅੰਡਰ ਗ੍ਰੈਜੂਏਟ ਅਤੇ ਕਾਲਜ ਪ੍ਰੋਗਰਾਮ ਤਹਿਤ ਸਟੂਡੈਂਟ ਦੇ ਪਤੀ ਜਾਂ ਪਤੀ ਪਤਨੀ ਨੂੰ ਵਰਕ ਪਰਮਿਟ ਨਹੀਂ ਮਿਲੇਗਾ। ਗ੍ਰੈਜੂਏਟ, ਮਾਸਟਰਜ਼ ਅਤੇ ਡਾਕਟਰੇਟ ਕਰਨ ਵਾਲੇ ਵਿਦਿਆਰਥੀਆਂ 'ਤੇ ਹਾਲਾਂਕਿ ਇਸ ਫੈਸਲੇ ਦਾ ਕੋਈ ਅਸਰ ਨਹੀਂ ਪਵੇਗਾ, ਪਰ ਓਪਨ ਵਰਕ ਪਰਮਿਟ ਸਿਰਫ ਮਾਸਟਰ ਅਤੇ ਡਾਕਟਰੇਟ ਕਰਨ ਵਾਲੇ ਵਿਦਿਆਰਥੀਆਂ ਦੇ ਪਤੀ ਜਾਂ ਪਤਨੀ ਨੂੰ ਹੀ ਮਿਲੇਗਾ। ਇਹ ਵੱਡੀ ਸਮਝਣ ਵਾਲੀ ਗੱਲ ਹੈ ਕਿ ਜਿਹੜੇ ਓਪਨ ਵਰਕ ਪਰਮਿਟ ਸਪਾਊਸ ਨੂੰ ਮਿਲਣਾ ਹੈ ਉਹ ਸਿਰਫ ਮਾਸਟਰ ਅਤੇ ਡਾਕਟਰੇਟ ਕਰਨ ਵਾਲੇ ਵਿਦਿਆਰਥੀਆਂ ਨੂੰ ਮਿਲੇਗਾ। ਹਾਲਾਂਕਿ ਜਿਹੜੇ ਗ੍ਰੈਜੂਏਸ਼ਨ ਕਰਨਗੇ ਕੈਨੇਡਾ ਜਾ ਕੇ ਉਸ ਤੋਂ 3 ਸਾਲ ਦੇ ਵੀਜ਼ੇ ਦੀ ਪ੍ਰੋਵੀਜ਼ਨ ਜ਼ਰੂਰ ਹੈ ਕਿ ਪਹਿਲਾਂ ਤੁਸੀਂ ਉੱਥੇ ਜਾ ਕੇ ਗ੍ਰੈਜੂਏਸ਼ਨ ਕਰ ਲਓ, ਫਿਰ ਤੁਹਾਨੂੰ 3 ਸਾਲ ਦਾ ਵਰਕ ਵੀਜ਼ਾ ਜਿਹੜਾ ਹੈ ਉਹ ਮਿਲ ਜਾਵੇਗਾ। ਵਿਦਿਆਰਥੀਆਂ ਨੂੰ ਸਾਰੀਆਂ ਸਹੂਲਤਾਂ ਮਿਲ ਸਕਣ ਇਸ ਲਈ ਇਹ ਫੈਸਲਾ ਲਿਆ ਗਿਆ। ਇਹ ਕਹਿਣਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਅਤੇ ਉਹਨਾਂ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਇਆਂ ਇਹ ਫੈਸਲਾ ਲਿਆ ਗਿਆ। ਬਹੁਤ ਸਾਰੇ ਨਿੱਜੀ ਕਾਲਜਿਸ ਜਿਹੜੇ ਨੇ ਇੰਟਰਨੈਸ਼ਨਲ ਸਟੂਡੈਂਟਸ ਦਾ ਫਾਇਦਾ ਚੁੱਕਦੇ ਸੀ, ਇਸ ਕਰਕੇ ਸਾਨੂੰ ਫੈਸਲਾ ਲੈਣਾ ਪਿਆ। ਅਤੇ ਬਹੁਤ ਸਾਰੇ ਪ੍ਰੋਵਿੰਸਿਸ ਦੇ ਵਿੱਚ ਜਿਹੜੀ ਪਾਪੂਲੇਸ਼ਨ ਹੈ ਉਹ ਜ਼ਿਆਦਾ ਵੱਧ ਗਈ ਹੈ, ਇਸ ਨੂੰ ਦੇਖਦਿਆਂ ਹੋਇਆਂ ਹੁਣ ਅਸੀਂ ਪ੍ਰੋਵਿੰਸਿਸ ਦੇ ਮੁਤਾਬਕ ਵੀਜ਼ੇ ਦੇਵਾਂਗੇ। ਜਿਨ੍ਹਾਂ ਪ੍ਰੋਵਿੰਸਿਸ ਦੇ ਵਿੱਚ ਪਾਪੂਲੇਸ਼ਨ ਘੱਟ ਹੈ ਉੱਥੇ ਵੀਜ਼ੇ ਜ਼ਿਆਦਾ ਦਿੱਤੇ ਜਾਣਗੇ। ਜਿੱਥੇ ਪਹਿਲਾਂ ਹੀ ਕਰਾਊਡ ਜ਼ਿਆਦਾ ਹੋ ਗਈ ਹੈ, ਪਾਪੂਲੇਸ਼ਨ ਜ਼ਿਆਦਾ ਹੋ ਗਈ, ਉੱਥੇ ਵੀਜ਼ੇ ਘੱਟ ਮਿਲਣਗੇ, ਮਾਰਕ ਮਿਲਰ ਦੇ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ। ਤਾਂ ਵੱਡੀ ਖਬਰ ਹੈ ਪੰਜਾਬ ਦੇ ਲਈ, ਪੰਜਾਬੀਆਂ ਦੇ ਲਈ, ਪੰਜਾਬੀ ਵਿਦਿਆਰਥੀਆਂ ਦੇ ਲਈ। ਹਾਲਾਂਕਿ ਸਿਰਫ ਪੰਜਾਬੀ ਵਿਦਿਆਰਥੀ ਕੈਨੇਡਾ ਨਹੀਂ ਜਾ ਰਹੇ, ਗੁਜਰਾਤ ਤੋਂ, ਹਰਿਆਣਾ ਤੋਂ, ਰਾਜਸਥਾਨ ਤੋਂ, ਹੋਰਨਾਂ ਜਿਹੜੇ ਦੇਸ਼ਾਂ ਤੋਂ ਵੀ ਬਹੁਤ ਸਾਰੇ ਵਿਦਿਆਰਥੀ ਕੈਨੇਡਾ ਜਾਂਦੇ ਨੇ, ਪਰ ਵੱਡੇ ਪੱਧਰ 'ਤੇ ਪੰਜਾਬ ਦੇ ਵਿਦਿਆਰਥੀ ਜਾਂਦੇ ਨੇ। ਇਸ ਕਰਕੇ ਪੰਜਾਬ 'ਤੇ ਇਸ ਦਾ ਬਹੁਤ ਵੱਡਾ ਅਸਰ ਪੈਣ ਵਾਲਾ ਹੈ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਇਹ ਸੋਚਦੇ ਸੀ ਕਿ ਪਲੱਸ ਟੂ ਕਰੋ, ਆਇਲਸ ਕਰੋ ਅਤੇ ਕੋਈ ਆਇਲਸ ਵਾਲੀ ਕੁੜੀ ਨਾਲ ਵਿਆਹ ਕਰਾਓ ਅਤੇ ਵਿਦੇਸ਼ ਚਲੇ ਜਾਓ, ਫਿਰ ਤੁਹਾਨੂੰ ਉੱਥੇ ਜਾ ਕੇ ਵਰਕ ਮਿਲ ਜਾਏਗਾ। ਪਰ ਹੁਣ ਅਜਿਹਾ ਨਹੀਂ ਹੋਏਗਾ। ਗ੍ਰੈਜੂਏਟ ਲੈਵਲ ਤੋਂ ਬਾਅਦ ਜਿਹੜੇ ਮਾਸਟਰਸ ਕਰਨਗੇ, ਡਾਕਟਰੇਟ ਦੀ ਡਿਗਰੀ ਕਰਨਗੇ, ਉਹਨਾਂ ਦੇ ਸਪਾਊਸ ਨੂੰ ਓਪਨ ਵਰਕ ਪਰਮਿਟ ਮਿਲੇਗਾ। ਅਤੇ ਜਿਹੜੇ ਅੰਡਰ ਗ੍ਰੈਜੂਏਸ਼ਨ ਵਾਲੇ ਕੋਰਸਿਸ ਨੇ, ਕਾਲਜ ਪ੍ਰੋਗਰਾਮ ਨੇ, ਉਹਨਾਂ ਦੇ ਵਿੱਚ ਸਪਾਊਸ ਨੂੰ ਵਰਕ ਪਰਮਿਟ ਨਹੀਂ ਮਿਲੇਗਾ। ਪਹਿਲਾਂ GIC ਜਿਹੜੀ ਉਹ ਵੀ ਵਧਾਈ ਦਿੱਤੀ ਗਈ ਸੀ, ਜੇਕਰ ਪਹਿਲਾਂ $10,000 ਕੈਨੇਡਾਈ ਡਾਲਰ ਜਿਹੜੀ ਹੈ ਉਹ GIC ਸੀ, ਹੁਣ ਉਸਨੂੰ ਡਬਲ ਕਰ ਦਿੱਤਾ ਗਿਆ ਸੀ ਪਿਛਲੇ ਸਮੇਂ ਦੇ ਵਿੱਚ 20,635 ਜਿਹੜੇ ਕੈਨੇਡਾਈ ਡਾਲਰ ਨੇ ਭਾਵ ਕੇ ਕਰੀਬ ਜਿਹੜੀ 8 ਲੱਖ ਰੁਪਇਆ ਹੋਰ ਜਿਹੜਾ ਇਹ ਸਿੱਧਾ ਹੋਰ ਵੱਧ ਗਿਆ ਸੀਗਾ GIC ਵਧਣ ਦੇ ਨਾਲ। ਤਾਂ ਹੁਣ ਇਹ ਪੰਜਾਬ ਦੇ ਵਿਦਿਆਰਥੀਆਂ ਦੇ ਲਈ ਜਿਹੜੇ ਜਾਣਾ ਚਾਹੁੰਦੇ ਨੇ ਕੈਨੇਡਾ, ਉਹਨਾਂ ਦੇ ਸੁਪਨੇ ਜਿਹੜੇ ਨੇ ਉਹ ਟੁੱਟਦੇ ਦਿਖਾਈ ਦੇ ਰਹੇ ਨੇ।